ਵੀਅਰਸ ਪੀਰ ਦ્વાਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਹਾਂ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਡਾਬਰ ਆਮਲਾ ਜੀ ਦੀ ਹੈ ਜੀ ਇਹ ਲਿਖਦੇ ਹਨ ਡਾਕਟਰ ਸਾਹਿਬ ਸਤਰੀਆ ਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੀ ਈਮੇਲ ਪੜੀ ਤਾਂ ਸਹੀ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਮੇਰੀ ਈਮੇਲ ਪੜੋਗੇ ਭਾਵੇਂ ਮੈਂ ਬੁਰਾ ਬਣ ਕੇ ਹੀ ਜਵਾਬ ਲਿਆ ਹੈ ਮੇਰੀ ਬੁਰੀ ਗੱਲ ਤੁਹਾਨੂੰ ਚੁਬੀ ਤੇ ਮੈਨੂੰ ਮੇਰਾ ਜਵਾਬ ਮਿਲ ਗਿਆ ਬਹੁਤ ਦੁੱਖ ਹੁੰਦਾ ਹੈ ਜਦੋਂ ਕਿ ਕੋਈ ਚੁਬਵੀ ਗੱਲ ਕਰੇ ਮੈਨੂੰ ਤੁਹਾਡੇ ਹਰ ਸ਼ੋਅ ਵਿੱਚ ਕੀਤੀਆਂ ਜਾਣੀਆਂ ਗੱਲਾਂ ਪਿੰਨਾ ਵਾਂਗ ਚੁਭਦੀਆਂ ਹਨ ਮੈਂ ਕਿਸੇ ਆਰਐਸਐਸ ਬਜਰੰਗਦਲ ਬੀਜਪੀ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਦਾ 에ਜੰਟ ਨਹੀਂ ਹਾਂ ਮੈਂ ਇੱਕ ਪੰਜਾਬੀ ਹਾਂ ਅਤੇ ਪੰਜਾਬ ਹੀ ਮੇਰਾ ਧਰਮ ਹੈ ਜੋ ਵੀ ਪੰਜਾਬ ਨੂੰ ਤੋੜਨ ਜਾਂ ਪੰਜਾਬ ਵਿੱਚ ਲੜਾਈ ਪਾਉਣ ਦੀ ਗੱਲ ਕਰਦਾ ਹੈ ਤਾਂ ਉਹ ਮੈਨੂੰ ਬਹੁਤ ਬੁਰਾ ਲੱਗਦਾ ਹੈ ਮੇਰਾ ਦੇਸ਼ ਮੇਰਾ ਧਰਮ ਪੰਜਾਬ ਹੈ ਤੁਹਾਨੂੰ ਪੰਜਾਬ ਵਿੱਚ ਸਿਰ ਬੁਰਾਈਆਂ ਹੀ ਕਿਉਂ ਦਿਸਦੀਆਂ ਹਨ ਕਿਉਂ ਨਹੀਂ ਉਹ ਗੱਲਾਂ ਕਰਦੇ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਅੱਜ ਵੀ ਪੰਜਾਬੀ ਦੁਨੀਆ ਦੇ ਕਰੋੜਾਂ ਅਰਬਾ ਲੋਕਾਂ ਨਾਲੋਂ ਜ਼ਿਆਦਾ ਇਮਾਨਦਾਰ, ਮਦਦਗਾਰ ਅਤੇ ਦਿਲੋਂ ਅਮੀਰ ਹਨ। ਉਹ ਚਾਹੇ ਕਿਸੇ ਵੀ ਧਰਮ ਦੇ ਹੋਣ। ਡਾਕਟਰ ਸਾਹਿਬ ਤੁਸੀਂ ਆਪਣੇ ਵਿਚਾਰ ਲੋਕਾਂ ਉੱਤੇ ਥੋਪਦੇ ਹੋ। ਕਦੀ ਇਹ ਜਾਣਨ ਦੀ ਵੀ ਕੋਸ਼ਿਸ਼ ਕਰੋ ਕਿ ਲੋਕ ਕੀ ਚਾਹੁੰਦੇ ਹਨ। ਮੇਰੇ ਖਿਆਲ ਨਾਲ ਤੁਹਾਡੇ ਵਰਗੇ ਐਂਕਰਸ ਨੇ ਇੱਕ ਸੋਚ ਬਣਾਈ ਹੋਈ ਹੈ ਕਿ ਪੰਜਾਬੀ ਉਹ ਹਨ ਜੋ ਸਿੱਖ ਹਨ, ਬਾਕੀ ਕੋਈ ਨਹੀਂ। ਜੇ ਤੁਹਾਡੇ ਵਰਗੇ ਲੋਕ ਹੀ ਇਹ ਗੱਲਾਂ ਕਰਨਗੇ ਤਾਂ ਬਾਕੀ ਹੋਰ ਕੀ ਕਰਨਗੇ? ਦੀ ਇਹ ਵੀ ਪਤਾ ਕਰਨਾ ਕਿ ਤੁਹਾਡੀ ਇਸ ਸੋਚ ਨਾਲ ਕਿੰਨੇ ਫੀਸਦੀ ਪੰਜਾਬੀ ਸਹਿਮਤ ਹਨ ਮੇਰੀ ਇਸ ਈਮੇਲ ਦਾ ਜਵਾਬ ਜ਼ਰੂਰ ਦੇਣਾ ਮੇਰੇ ਸਵਾਲਾਂ ਦਾ ਵੀ ਜਵਾਬ ਦੇਣਾ ਤੁਹਾਡੀ ਡਿਊਟੀ ਹੈ ਇਹ ਐਂਕਰ ਹੋਣ ਦੇ ਨਾਤੇ ਰੱਬ ਰਾਖਾ ਜੀ ਰੱਬਾ ਸਭ ਤੋਂ ਪਹਿਲਾਂ ਤਾਂ ਗਾਬਰ ਆਮਲਾ ਜੀ ਦਾ ਧੰਨਵਾਦ ਕਈ ਦਿਨਾਂ ਦੀ ਖੁਸ਼ਕੀ ਹੋਈ ਹੋਈ ਸੀ ਸੋ ਆਮਲੇ ਦਾ ਤੇਲ ਜਿਹੜਾ ਹੈ ਉਹ ਖੁਸ਼ਕ ਸਿਰ ਨੂੰ ਜਿਹੜਾ ਹੈ ਉਹ ਤਰ ਕਰ ਦਿੰਦਾ ਹੈ ਜੀ ਜੀ ਆ ਦੇਖੋ ਚੰਗੀ ਗੱਲ ਹੈ ਵੀ ਇਹਨਾਂ ਨੇ ਸਾਨੂੰ ਲਿਖਿਆ ਔਰ ਇਹ ਵੀ ਚੰਗੀ ਗੱਲ ਹੈ ਵੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਆਰਐਸਐਸ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਜੀ ਇਹਨਾਂ ਸਾਰਿਆਂ ਨਾਲੋਂ ਇਹ ਕਹਿ ਆ ਜੀ ਮੇਰਾ ਕੋਈ ਸਬੰਧ ਨਹੀਂ ਹੈ ਜੀ ਫਿਰ ਨਹੀਂ ਹੈ ਸਬੰਧ ਫਿਰ ਕੀ ਨਹੀਂ ਉਹ ਕਹਿੰਦੇ ਨੇ ਜੀ ਮੈਂ ਪੰਜਾਬੀ ਐ ਜੀ ਜ਼ਾਹਰ ਹੈ ਵੀ ਉਹਨਾਂ ਨੇ ਜਰਾ ਹਿੰਦੂ ਸ਼ਬਦ ਕਹਿਣ ਤੋਂ ਗੁਰੇਜ਼ ਕੀਤਾ ਹੈ ਜੋ ਕਹਿੰਦੇ ਵੀ ਤੇ ਅਸੀਂ ਫਿਰ ਵੀ ਉਹਨਾਂ ਦਾ ਸਤਿਕਾਰ ਕਰਨਾ ਸੀ ਜੀ ਪੰਜਾਬ ਦੇ ਵਿੱਚ ਆ ਹਿੰਦੂਆਂ ਦੇ ਲਈ ਵੀ 19 ਥਾਂ ਹੀ ਐ ਰਾਦਰ ਉਹਨੇ ਤਾਂ ਵੱਡੀ ਥਾਂ ਮਰਲੀ ਹੋਈ ਐ ਸਾਰੇ ਸ਼ਾ ਬਾਣੀਏ ਜੀ सूदखोर ਹੁਣ ਤਾਂ ਉਹ ਸਾਰੇ ਪਿੰਡਾਂ ਵਾਲਿਆਂ ਦੀਆਂ ਜ਼ਮੀਨਾਂ ਵੀ ਲਖਾ ਲਖਾ ਕੇ ਜਦੋਂ ਉਹ ਸੁਸਾਇਡ ਕਰਦੇ ਨੇ ਕਿਸਾਨ ਇਸੇ ਲਈ ਕਿ ਉਹ ਲੈ ਆਉਂਦੇ ਨੇ ਕੋਰਟ ਆਰਡਰ ਕੇ ਵੀ ਕੁਰਕ ਕਰੋ ਜੀ ਹੈ ਨਹੀਂ ਔਰ ਉਹਨਾਂ ਦੀਆਂ ਜਿਹੜੀਆਂ ਦੋ ਤਿੰਨ ਗੱਲਾਂ ਨੇ ਉਹਨਾਂ ਨੇ ਪਹਿਲੀ ਗੱਲ ਤਾਂ ਇਹੀ ਕਹੀ ਕਿ ਜੀ ਉਹਨਾਂ ਨੂੰ ਸਾਡੀਆਂ ਗੱਲਾਂ ਬਹੁਤ ਚੁਪਦੀਆਂ ਜੀ ਔਰ ਉਹ ਕਹਿੰਦਾ ਵੀ ਚੁਬਦੀਆਂ ਵੀ ਐਵੇਂ ਨਾ ਜਿਵੇਂ ਪਿੰਨਾ ਵਾਂਗ ਚੁੰਬਦੀਆਂ ਹੋਣ ਵੀ ਅਸੀਂ ਕੋਈ ਇਸ ਕਿਸਮ ਦੀਆਂ ਤਾਂ ਪਿੰਨਾ ਨਹੀਂ ਰੱਖੀਆਂ ਹੋਈਆਂ ਜੀ ਅ ਪਰ ਹੋ ਸਕਦਾ ਹੈ ਉਹਨਾਂ ਨੂੰ ਕੋਈ ਗੱਲ ਜਿਹੜੀ ਹੈ ਇਸ ਲਈ ਚੁਬਦੀ ਹੋਏ ਕਿ ਵੈਸੇ ਵੀ ਆਮ ਅਸੀਂ ਕਹਿੰਦੇ ਆ ਵੀ ਸੱਚ ਕੋੜਾ ਹੁੰਦਾ ਜੀ ਜੀ ਤੇ ਚਲੋ ਇਹ ਚੰਗੀ ਗੱਲ ਹੈ ਵੀ ਗੱਲਾਂ ਫਿਰ ਵੀ ਸੁਣਦੇ ਨੇ ਨਹੀਂ ਤਾਂ ਹੁਣ ਜਦੋਂ ਉਸ ਜਿਸ ਚੀਜ਼ ਤੋਂ ਚੁਣ ਹੋਏ ਬੰਦਾ ਉਹਦੇ ਨੇੜੇ ਤੇ ਨਹੀਂ ਨਾ ਜਾਂਦਾ ਦੌੜ ਜਾਂਦਾ ਹੈ ਕਿ ਵੀ ਇਥੋਂ ਜਿਹੜਾ ਉਹ ਕਰੰਟ ਪੈਂਦਾ ਜੀ ਪਰ ਉਹ ਫਿਰ ਆਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਦਿਲ ਦਾ ਕੋਈ ਨਾ ਕੋਈ ਹਿੱਸਾ ਕਹਿੰਦਾ ਹੈ ਕਿ ਇਹ ਗੱਲ ਗਲਤ ਨਹੀਂ ਹੈ ਗਲਤ ਨਹੀਂ ਹੈ ਜੀ ਪਰ ਕਿਉਂਕਿ ਉਹਨਾਂ ਦੀਆਂ ਆਪਣੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਜਾਂ ਉਹਨਾਂ ਦੇ ਵਿਚਲਾ ਜਿਹੜਾ ਹਿੰਦੂਪੁਣਾ ਹੈ ਹਿੰਦੂਤਵਾ ਐਲੀਮੈਂਟ ਹੈ ਕਹਿਣ ਨੂੰ ਤਾਂ ਕਹਿ ਰਹੇ ਨੇ ਕਿ ਪੰਜਾਬ ਮੇਰਾ ਦੇਸ਼ ਹੈ ਜੀ ਔਰ ਪੰਜਾਬ ਮੇਰਾ ਧਰਮ ਹੈ ਚਲੋ ਧਰਮ ਤਾਂ ਮੰਨ ਲਿਆ ਕਿ ਵੀ ਉਹਨਾਂ ਦਾ ਜੋ ਹੈ ਸੋ ਹੈ ਹੀ ਹੈ ਜਦੋਂ ਦੇਸ਼ ਕਹਿੰਦੇ ਨੇ ਫਿਰ ਤਾਂ ਇਹ ਦੇਸ਼ ਦੀ ਏਕਤਾ ਖੰਡਤਾ ਤੋੜ ਰਹੇ ਨੇ ਜੀ ਦੇਸ਼ ਤਾਂ ਭਾਰਤ ਹੈ ਗਰਭ ਸੇ ਕਹੋ ਹਮ ਹਿੰਦੂ ਹੈ ਜਦੋਂ ਇਹ ਕਿਹਾ ਜਾਂਦਾ ਫਿਰ ਤਾਂ ਹਿੰਦੂ ਹਿੰਦੀ ਹਿੰਦੁਸਤਾਨ ਜੀ ਸੋ ਜ਼ਾਹਰ ਹੈ ਕਿ ਇਹ ਜਦੋਂ ਇਹ ਗੱਲ ਕਰ ਰਹੇ ਨੇ ਇਹ ਸਿਰਫ ਸਾਡੇ ਖਾਲਸਤਾਨ ਦੇ ਕਾਨਸੈਪਟ ਨੂੰ ਆਜ਼ਾਦੀ ਦੇ ਕਾਨਸੈਪਟ ਨੂੰ ਤੋੜਨ ਦੇ ਲਈ ਇਹ ਪੰਜਾਬ ਦੇਸ਼ ਦੀ ਗੱਲ ਕਰ ਰਹੇ ਨੇ ਅਦਰਵਾਇਜ਼ ਇਹਨਾਂ ਦੀ ਲਾਇਲਟੀ ਪੰਜਾਬ ਨਾਲ ਨਹੀਂ ਜੀ ਇਹ ਪੰਜਾਬ ਨਾਲ ਲਾਇਲਟੀ ਹੈ ਫਿਰ ਤਾਂ ਇਹ ਸਾਡੇ ਬਾੜੇ ਬਾਗੀ ਹੋਗੇ ਜੀ ਖਾਲਸਤਾਨ ਅਸੀਂ ਕਿਹੜਾ ਚੰਦਰਮਾ ਤੇ ਬਣਾਉਣੇ ਖਾਲਸਤਾਨ ਪੰਜਾਬ 'ਚ ਬਣਾਉਣ ਹੈ ਤੇ ਖਾਲਸਤਾਨ ਸਾਰੇ ਪੰਜਾਬੀਆਂ ਦੇ ਲਈ ਹੈ ਹਿੰਦੂਆਂ ਲਈ ਹੈ ਮੁਸਲਮਾਨਾਂ ਲਈ ਹੈ ਇਸਾਈਆਂ ਲਈ ਹੈ ਬੋਧੀਆਂ ਲਈ ਹੈ ਆਫ ਕੋਰਸ ਉਹ ਸਿੱਖ ਹੋਮਲੈਂਡ ਹੈ ਇਸ ਲਈ ਸਖਾਂਦੇ ਲਈ ਜਿਹੜਾ ਉਹ ਸਾਡੇ ਹੋਮਲੈਂਡ ਦਾ ਦਰਜਾ ਰੱਖਦੇ ਜੀ ਸੋ ਇਹਨਾਂ ਦਾ ਇਹ ਕਹਿਣਾ ਕਿ ਜੀ ਇਹ ਜਿਹੜਾ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਅਸੀਂ ਪੰਜਾਬ ਨੂੰ ਤੋੜ ਰਹੇ ਹਾਂ ਉਹ ਪੰਜਾਬ ਨੂੰ ਤਾਂ ਅਸੀਂ ਜੋੜ ਰਹੇ ਹਾਂ ਜੇ ਤੁਸੀਂ ਸੱਚਮੁੱਚ ਪੰਜਾਬ ਦੇਸ਼ ਦਾ ਭਲਾ ਚਾਹੁੰਦੇ ਹੋ ਪੰਜਾਬੀ ਹੋ ਔਰ ਤੁਹਾਨੂੰ ਲੱਗਦਾ ਵੀ ਫੇਰ ਤਾਂ ਤੁਸੀਂ ਕਹੋ ਜੀ ਸਾਡਾ ਪੰਜਾਬ ਜੋੜੋ ਜਿਹੜਾ ਹਰਿਆਣੇ ਜੀ ਤੁਸੀਂ ਤੋੜ ਕੇ ਦਿੱਤਾ ਜਿਹਦੀਆਂ ਤੁਸੀਂ ਖੁਸ਼ੀਆਂ ਮਨਾਈਆਂ ਪੰਜਾਬ ਦੇ ਹਿੰਦੂਆਂ ਨੇ ਕਿ ਭਾਈ ਇਹ ਦੇ ਦਿਓ ਹਰਿਆਣੇ ਨੂੰ ਚੰਡੀਗੜ੍ਹ ਵੀ ਹਰਿਆਣੇ ਨੂੰ ਦੇ ਦਿਓ ਅਬੌਰ ਫਾਜ਼ਿਲકા ਵੀ ਦੇ ਦਿਓ ਫਲਾਣਾ ਵੀ ਦੇ ਦਿਓ ਬਹੁਤ ਵੈਲਕਮ ਤੁਸੀਂ ਸਟੈਪ ਫਾਰਵਰਡ ਤਾਂ ਕਰੋ ਆਈ ਹੈਵ ਯੈਟ ਟੂ ਸੀਏ ਹਿੰਦੂ ਪੰਜਾਬੀ ਹਿੰਦੂ ਜਿਹੜਾ ਕਿ ਸਿੱਖ ਕੌਸ ਦੇ ਲਈ ਜਾ ਪੰਜਾਬ ਦੇ ਕੌਸ ਦੇ ਲਈ ਮੰਗ ਕਰ ਰਿਹਾ ਹੋਏ ਜੀ ਮੋਰਚੇ ਜੇ ਤੁਸੀਂ ਇੰਨਾ ਪੰਜਾਬ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਇਹ ਕਮਲੇ ਸਿੱਖਾਂ ਲਈ ਛੱਡਣੇ ਸੀ ਵੀ ਮੋਰਚੇ ਉਹ ਲਾਉਂਦੇ ਜੇਲਾਂ ਉਹ ਭਰਨ ਜੀ ਪੰਜਾਬੀ ਸੂਬੇ ਦਾ ਮੋਰਚਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਮਾਤਾ ਪਿਤਾ ਨੂੰ ਪੁੱਛੋ ਜੇ ਨੌਜਵਾਨ ਮੁੰਡਾ ਹੈ ਜੀ ਫਿਰ ਆਪਣੇ ਮਾਪਿਓ ਨੂੰ ਪੁੱਛੋ ਕਿ ਜੀ ਜਦੋਂ ਅਸੀਂ 1951 ਦੇ ਵਿੱਚ ਮਰਦਮਸ਼ੁਮਾਰੀ ਚ ਆਪਣੀ ਜ਼ੁਬਾਨ ਲਿਖਾਈ ਸੀ ਕੀ ਲਿਖਾਈ ਸੀ ਪੰਜਾਬੀ ਲਿਖਾਈ ਸੀ ਜੀ 1948 ਤੁਸੀਂ ਪੰਜਾਬੀ ਲਿਖਾਈ 1971 ਤੁਸੀਂ ਪੰਜਾਬੀ ਲਿਖਾਈ ਤੁਸੀਂ ਜਦੋਂ ਸਿੱਖ ਗ੍ਰਫਤਾਰੀਆਂ ਦੇ ਰਹੇ ਸੀ ਜਾ ਕੇ ਕਿ ਭਾਈ ਪੰਜਾਬੀ ਜ਼ੁਬਾਨ ਸਾਡੀ ਸਟੇਟ ਲੈਂਗੁਏਜ ਹੋਣੀ ਚਾਹੀਦੀ ਆ ਤੁਹਾਡੇ ਕਿਸੇ ਪਿਓ ਦਾਦੇ ਚਾਚੇ ਤਾਏ ਨਾਨੇ ਮਾਮੇ ਕਿਸੇ ਨੇ ਗ੍ਰਿਫਤਾਰੀ ਦਿੱਤੀ ਜੀ ਫਿਰ ਤੁਹਾਨੂੰ ਇਹ ਕਿਉਂ ਇਤਰਾਜ਼ ਹੁੰਦਾ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਅਸੀਂ ਸਿੱਖਾਂ ਦੀ ਗੱਲ ਕਰਦੇ ਜੀ ਜੀ ਵੈਸੇ ਤਾਂ ਜੇ ਗੱਲ ਹੀ ਪੰਜਾਬ ਦੇਸ਼ ਦੀ ਗੱਲ ਕਰਨੀ ਹੋਏ ਸਾਡੇ ਕੋਲੋਂ 2 ਗੁਣਾ ਵੱਡਾ ਇਲਾਕੇ 'ਚ ਤੇ 4 ਗੁਣਾ ਵੱਡਾ ਆਬਾਦੀ ਦੇ ਵਿੱਚ ਪਾਕਿਸਤਾਨ ਦਾ ਪੰਜਾਬ ਹੈ ਜਿਹਦੇ 100 ਮਿਲੀਅਨ ਜਿਹਦੀ ਪੋਪੂਲੇਸ਼ਨ ਹੈ ਉਸ ਉਹਨਾਂ ਨੇ ਕਦੇ ਇਤਰਾਜ਼ ਕੀਤਾ ਕਿ ਜੀ ਤੁਸੀਂ ਆਪਣੇ ਹਿੱਸੇ 'ਚ ਖਾਲਿਸਤਾਨ ਦੀ ਗੱਲ ਕਿਉਂ ਕਰਦੇ ਹੋ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣਾ ਉਹਨਾਂ ਦਾ ਆਪਣਾ ਦੇਸ਼ ਹੈ ਜੀ ਹੈ ਤਾਂ ਉਹ ਵੀ ਪੰਜਾਬੀ ਨੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ ਜੀ ਜੀ ਲੇਕਿਨ ਇਧਰ ਤੁਸੀਂ ਕਹੋਣਾ ਪੰਜਾਬੀ ਚਾਹੁੰਦੇ ਹੋ ਬੇਵਫਾਈ ਤੁਸੀਂ ਪੰਜਾਬੀ ਜ਼ੁਬਾਨ ਨਾਲ ਕਰਦੇ ਹੋ ਪੰਜਾਬ ਦੇ ਸਿੱਖਾਂ ਦੀ ਨਸਲ ਕੁਸ਼ੀ ਲਈ ਤੁਸੀਂ ਸਭ ਤੋਂ ਜ਼ਿਆਦਾ ਰੋਲ ਅਦਾ ਕੀਤਾ ਹੈ ਲਾਲਾ ਜਗਤਨ ਰੈਣ ਤੁਸੀਂ ਜੰਮਿਆ ਵਰਿੰਦਰ ਤੁਸੀਂ ਜੰਮਿਆ ਪ੍ਰਤਾਪ ਦਾ ਐਡੀਟਰ ਯਾਸ਼ ਤੁਸੀਂ ਜਮਿਆ ਸਾਰੇ ਜ਼ਹਿਰ ਦੇ ਵਪਾਰੀ ਜਿਹੜੇ ਜਲੰਧਰ ਆ ਕੇ ਬੈਠ ਗਏ ਔਰ ਇਹਨਾਂ ਨੇ ਹੀ ਪਹਿਲਾਂ ਪਾਕਿਸਤਾਨ ਬਣਾਇਆ ਸੀਗਾ ਲਾਹੌਰ 'ਚੇ ਬੈਠੇ ਸੀ ਇਹ ਇੰਨਾ ਮੁਸਲਮਾਨਾਂ ਦੇ ਖਿਲਾਫ ਲਿਖਦੇ ਸੀ ਪਾਕਿਸਤਾਨ ਦੇ ਖਿਲਾਫ ਲਿਖਦੇ ਸੀ ਕਿ ਮੁਸਲਮਾਨਾਂ ਨੂੰ ਇਹ ਸਮਝ ਆਣੀ ਸ਼ੁਰੂ ਹੋ ਗਈ ਵੀ ਇਹ ਜੋ ਕਹਿੰਦੇ ਨੇ ਨਾ ਵੀ ਸਾਡੇ ਖਿਲਾਫ ਲਿਖਦੇ ਨੇ ਜੇ ਇਹ ਨੈਗੇਟਿਵ ਨੇ ਕੋਈ ਜ਼ਰੂਰ ਚੰਗੀ ਗੱਲ ਹੋਣੀ ਹੈ ਸਾਡੇ ਦੀ ਜੀ ਔਰ ਇਹੀ ਗੱਲ ਸਾਧੂ ਸਿੰਘ ਹਮਦਾਰ ਦਾ ਜੀਤ ਦੇ ਬਾਨੀ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਵੀ ਇਹਨਾਂ ਨੇ ਬਣਾਇਆ ਸੀ ਤੇ ਫਿਰ ਝੰਡਾ ਵੀ ਇਹਨਾਂ ਦੇ ਘਰਾਂ ਦੇ ਪਹਿਲਾਂ ਪਾਕਿਸਤਾਨ ਦਾ ਕਈ ਦਿਨ ਲੜਾਂਦਾ ਰਿਆ ਲਾਹੌਰ ਜੇ ਬਿਫੋਰ ਉੱਥੋਂ ਛੱਡ ਕੇ ਦੌੜੇ ਕਹਿੰਦੇ ਇਹਨਾਂ ਨੇ ਘਰਾਂ ਦੇ ਬਾਹਰ ਖਾਲਸਾ ਦਾ ਝੰਡਾ ਵੀ ਲਰਾਉਣਾ ਕਿਉਂਕਿ ਇਹਨਾਂ ਨੇ ਹੀ ਬਣਾਉਣਾ ਖਾਲਸਾ ਜੀ 네ਗੇਟਿਵ ਪ੍ਰਚਾਰ ਕਰ ਕਰ ਜੀ ਸੋ ਅਸੀਂ ਸਮਝਦੇ ਹਾਂ ਕਿ ਡਾਬਰ ਆਮਲਾ ਜੀ ਤੁਸੀਂ ਜੀ ਸਦਕੇ ਚਵਨਪਰਾਸ਼ ਵੀ ਖਾਓ ਹੋਰ ਵੀ ਡਾਬਰ ਦੇ ਪ੍ਰੋਡਕਟ ਖਾਓ ਆਯੁਰਵੈਦਿਕ ਜੜੀਆਂ ਬੂਟੀਆਂ ਦਾ ਵੀ ਇਸਤੇਮਾਲ ਕਰੋ ਇਹ ਅਸੀਂ ਕਿਹੜਾ ਇਸ ਦੇ ਖਿਲਾਫ ਹੈ ਪਰ ਇਹਨੇ ਤੁਸੀਂ ਪੰਜਾਬ ਦੇਸ਼ ਦੇ ਐਡੇ ਖੈਰਖਵਾ ਬਣ ਕੇ ਇਹ ਨਾ ਕਹੋ ਕਿ ਭਾਈ ਅਸੀਂ ਪੋਣਾ ਕੁਝ ਨਹੀਂ ਇਹਦੇ ਚ ਕੋਈ ਸਾਡਾ ਯੋਗਦਾਨ ਨਹੀਂ ਹੋਣਾ ਅਸੀਂ ਤੁਹਾਡਾ ਵਿਰੋਧ ਕਰਨਾ ਹੈ ਜ਼ੁਬਾਨ ਵੀ ਪੰਜਾਬ ਦੀ ਨਹੀਂ ਮੰਨਣੀ ਪੰਜਾਬ ਨੂੰ ਅਸੀਂ ਆਰਥਿਕ ਤੌਰ ਤੇ ਵੀ ਵਿਕਸਤ ਨਹੀਂ ਹੋਣ ਦੇਣਾ ਪਰ ਸਾਡੇ ਗੱਲ ਜਿਹੜੀ ਆ ਉਹ ਸਾਡੇ ਖਿਲਾਫ ਨਹੀਂ ਹੋਣੀ ਚਾਹੀਦੀ ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਪੰਜਾਬੀਆਂ ਦੇ ਗੁਣਾਂ ਦੀ ਗੱਲ ਕੀਤੀ ਹੈ ਇਮਾਨਦਾਰ ਮਦਦਗਾਰ ਤੇ ਦਿਲੋਂ ਅਮੀਰ ਇਹ ਤਾਂ ਸਿੱਖ ਹੀ ਨੇ ਤੁਸੀਂ ਤਾਂ ਇਮਾਨਦਾਰ ਨਹੀਂ ਹੈਗੇ ਜੇ ਇਮਾਨਦਾਰ ਹੁੰਦੇ ਤਾਂ ਜ਼ੁਬਾਨ ਆਪਣੀ ਮਾਂ ਨੂੰ ਵੀ ਕੋਈ ਕਹਿੰਦਾ ਵੀ ਮੇਰੀ ਮਾਂ ਨਹੀਂ ਹੈਗੀ ਤੁਸੀਂ ਤਾਂ ਜ਼ੁਬਾਨ ਤੋਂ ਮੁਕਰੇ ਜੀ ਕਦੇ ਬੰਗਾਲੀ ਮੁਸਲਮਾਨ ਨੂੰ ਪੁੱਛ ਕੇ ਦੇਖੋ ਉਹ ਵੀ ਕਹੇਗਾ ਮੇਰੀ ਜ਼ੁਬਾਨ ਬੰਗਲਾ ਹੈ ਮੇਰੀ ਮਾਂ ਬੋਲੀ ਬੰਗਲੇ ਬੰਗਾਲੀ ਹਿੰਦੂ ਨੂੰ ਪੁੱਛ ਕੇ ਦੇਖੋ ਉਹ ਵੀ ਕਹੇਗਾ ਮੇਰੀ ਮਦਰ ਟੰਗ ਬੰਗਲਾ ਸੋ ਤੁਸੀਂ ਇਮਾਨਦਾਰ ਵੀ ਨਹੀਂ ਹੈਗੇ ਮਦਦਗਾਰ ਹੁਣ ਤੁਸੀਂ ਦੱਸੋ ਕਿਹਦੀ ਮਦਦ ਕੀਤੀ ਤੁਸੀਂ ਤਾਂ ਕਾਰਖਾਨੇ ਤੁਹਾਡੇ ਕੋਲ ਨੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਫਗਵਾੜਾ ਤੁਸੀਂ ਯੂਪੀ ਬਿਹਾਰ ਦੇ ਭਈਏ ਨੂੰ ਨੌਕਰੀ ਦੇਣੀ ਪਸੰਦ ਕਰਦੇ ਹੋ ਕਿਉਂਕਿ ਤੁਹਾਡਾ ਉਹ ਹਿੰਦੂ ਧਰਮ ਨੂੰ ਮੰਨਣ ਵਾਲਾ ਤੁਸੀਂ ਪੰਜਾਬ ਦੇ ਇੱਕ ਦਲਤ ਸਿੱਖ ਨੂੰ ਜਾਂ ਇੱਕ ਕਿਸਾਨ ਸਿੱਖ ਦੇ ਮੁੰਡੇ ਨੂੰ ਨੌਕਰੀ ਨਹੀਂ ਦਿੰਦੇ ਫਿਰ ਮਦਦਗਾਰ ਕੌਣ ਹੈ ਤੁਹਾਡੇ ਜਿੰਨੇ ਫਿਲਮ ਇੰਡਸਟਰੀ ਚ ਲੋਕ ਗਏ ਜਿਨ੍ਹਾਂ ਦਾ ਬੜਾ ਵਾਵੇਲਾ ਹੁੰਦਾ ਹੈ ਕਦੇ ਕਿਸੇ ਫਿਲਮ ਇੰਡਸਟਰੀ ਆਣੇ ਨੇ ਉਹ ਪ੍ਰਾਨ ਹੋਏ ਉਹ ਕਪੂਰਾ ਦਾ ਟੱਬਰ ਹੋਏ ਉਹ ਦੂਜੇ ਹੋਣ ਵਿਨੋਦ ਖੰਨਾ ਹੋਏ ਸਾਰੇ ਨੇ ਇਹਨਾਂ ਨੇ ਕਿੰਨੀ ਕਿੰਨੀ ਇੰਡਸਟਰੀ ਪੰਜਾਬ ਚ ਜਿਹੜੀ ਆਈਵਨ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਵੀ ਕੀ ਕੀਤਾ ਪੰਜਾਬ ਦੇ ਵਿਕਾਸ ਚ ਜੀ ਐਡੇ ਅਮੀਰ ਹਿੰਦੂ ਜਿਹੜੇ ਬਾਹਰ ਬੈਠੇ ਨੇ ਕੋਈ ਸੇਠੀ ਐ ਕੋਈ ਸਹਿਗਲ ਐ ਕੋਈ ਹੋਰ ਐ ਇਹਨਾਂ ਨੂੰ ਪੁੱਛੋ ਕਿਹੜੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਲਿਆਏ ਨੇ ਕਿ ਭਾਈ ਅਸੀਂ ਪੰਜਾਬ ਚ ਆਪਣੇ ਪੰਜਾਬ ਵਾਸੀਆਂ ਦੀ ਮਦਦ ਕਰਨੀ ਐ ਸੋ ਨਾ ਤੁਸੀਂ ਇਮਾਨਦਾਰ ਹੋ ਨਾ ਮਦਦਗਾਰ ਹੋ ਤੇ ਬਾਕੀ ਜਿਹੜੀ ਐ ਦਿਲ ਦੇ ਅਮੀਰ ਦਿਲੋਂ ਅਮੀਰ ਉਹ ਤੋਂ ਤੁਹਾਡੇ ਤੋਂ ਵੱਧ ਕੇ ਧੱਕਿਆਂ ਨੂੰ ਉਸ ਕੋਈ ਨਹੀਂ ਅਮੀਰੀ ਕਿਹੜੇ ਪਾਸੇ ਹੋ ਐ ਜੀ ਝੂਠਾ ਬੰਦਾ ਕਦੇ ਦਿਲ ਦਾ ਅਮੀਰ ਨਹੀਂ ਹੁੰਦਾ ਉਹ ਉਹ ਸਿੱਖ ਹੀ ਨੇ ਸਿੱਖ ਮਦਦਗਾਰ ਵੀ ਨੇ ਆਪ ਦੇਖ ਲੋ ਆਪਣਾ ਇਤਿਹਾਸ ਪੜ੍ਹ ਲਓ ਤੁਹਾਡੀ ਕਿੰਨੀ ਮਦਦ ਕੀਤੀ ਹੈ 5 ਸਦੀਆਂ ਤੁਹਾਡੀ ਮਦਦ ਕਰਦੇ ਆ ਆਪਣਾ ਝੁਗਾ ਜੋੜ ਕੀਤਾ ਜੀ ਔਰ ਸਿੱਖ ਦਰਿਆਦਿਲ ਵੀ ਨੇ ਬਾਦਸ਼ਾਹ ਵੀ ਨੇ ਜੀ ਕੌਣ ਸਿੱਖ ਦੀ ਬਾਦਸ਼ਾਹੀ ਨੂੰ ਕਿਸੇ ਨੂੰ ਪੁੱਛ ਕੇ ਦੇਖੋ ਜੈਨਰੋਸਿਟੀ ਸਿੱਖਾਂ ਵਰਗੀ ਕਿੱਥੇ ਹੈ ਇਹਨਾਂ ਬਾਹਰਲੇ ਮੁਲਕਾਂ ਜਿਵੇਂ ਕਹੀ ਤਾਂ ਉਹ ਤੁਹਾਡੇ ਮੰਦਰ ਨਹੀਂ ਬਣਦੇ ਤੇ ਗੁਰਦੁਆਰੇ ਆ ਜਾਂਦੇ ਨੇ ਜੀ ਸਾਡੀ ਕਲੈਕਸ਼ਨ ਕਰਾ ਦਿਓ ਸਿੱਖ ਕਹਿੰਦੇ ਨੇ ਕੋਈ ਨਹੀਂ ਰੱਬ ਦੀ ਪੂਜਾ ਹੀ ਕਰਨੀ ਉਹ ਗੁਰਦੁਆਰਿਆਂ ਚ ਪੈਸੇ ਇਕੱਠੇ ਕਰ ਦਉਂਦੇ ਨੇ ਜੀ ਜੀ ਤੁਸੀਂ ਕਦੇ ਜਾ ਕੇ ਦੇਖੋਗੇ ਵੀ ਤੁਹਾਨੂੰ ਤੁਸੀਂ ਕਿਸੇ ਦੀ ਮਦਦ ਕੀਤੀ ਹੋਏ ਨਵੰਬਰ 84 ਵਾਲਿਆਂ ਦੀ ਕੀਤੀ ਹੋਏ ਕਿ ਹੋਰ ਦੀ ਕੀਤੀ ਹੋਏ ਜੀ ਤੇ ਬਾਕੀ ਜਿਹੜਾ ਮੇਰਾ ਖਿਆਲ ਹੈ ਇਹੀ ਉਹਨਾਂ ਦੀਆਂ ਗੱਲਾਂ ਨੇ ਹੋਣ ਜ਼ਬਾਨੇ ਕਲਾਮੀ ਤੁਸੀਂ ਬਣੀ ਜਾਓ ਜੋ ਮਰਜ਼ੀ ਹੈ ਜੀ ਜੀ ਪਰ ਮੈਂ ਸਮਝਦਾ ਵੀ ਨਾ ਗੱਲਾਂ ਨੂੰ ਹੁਣ ਨਾ ਕਹਿਣਾ ਵੀ ਪਿੰਨਾ ਚੋ ਵੀ ਹੈ ਉਹ ਅਸੀਂ ਹੁਣ ਸਾਡੇ ਕੋਲ ਮਲਮ ਦੀ ਡੱਬੀ ਤਾਂ ਹੈ ਨਹੀਂ ਇਹ ਤਾਂ ਜੋ ਜਿਆ ਕੋਈ ਕਰੇ ਆਪ ਜੋ ਜੇ ਕਿਸੇ ਦੇ ਕਰਮ ਨੇ ਹੋ ਜਾਈ ਫਲ ਹੁੰਦਾ ਜੀ ਸੋ ਜੋ ਜਿਆ ਤੁਸੀਂ ਕੁਝ ਚੰਗਾ ਬਣ ਕੇ ਦਿਖਾਓ ਤੁਸੀਂ ਸੱਚ ਪੁੰਚ ਇਮਾਨਦਾਰ ਪੰਜਾਬੀ ਬਣਨਾ ਚਾਹੁੰਦੇ ਹੋ ਅੱਗੇ ਆਓ ਜੀ ਪਿੰਡੈਮ ਕਰੋ ਜੋ ਕੁਝ ਸਖਾਂ ਦੇ ਨਾਲ ਹੋਇਆ ਹੈ ਜ਼ੁਲਮ ਦੇ ਖਿਲਾਫ ਖਲੋਵੋ ਆਪਣਾ ਇੱਕ ਆਦਰਸ਼ ਰੱਖ ਕੇ ਅੱਗੇ ਤੁਰੋ ਮੋਸਟ ਵੈਲਕਮ ਜੀ ਜੀ ਔਰ ਹੁਣ ਤੁਹਾਡੀ ਜ਼ਬਾਨ ਚ ਕਹਿ ਦਨੇ ਕਰੋ ਸ਼੍ਰੀ ਗਣੇਸ਼ ਜੀ ਜੀ ਸੋ ਫਿਰ ਵੀ ਦਾਵਾ ਰਾਮ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਾਡੇ ਅਗਲਾ ਮੈਸੇਜ ਫ੍ਰੀਮੌਂਟ ਕੈਲੀਫੋਰਨੀਆ ਦਾ ਖਿਆਲ ਹੈ ਵੀ ਅਸੀਂ ਬਾਕੀ ਫਿਰ ਵਕਤ ਨਹੀਂ ਬਚਣਾ ਹੈ ਤੁਸੀਂ ਚਲੇ ਜਾਓ ਕੁਸਟਮ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਈਮੇਲ ਦੇ ਤੌਰ ਤੇ ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ 14 ਅਗਸਤ 2013 30 ਸਾਵਨ 545 ਨਾਨਕਸ਼ਹੀ ਸੰਬੰਧਤ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਐਮਿੱਤ ਹੈ ਸਭ ਤੋਂ ਪਹਿਲਾਂ ਤਾਂ ਅੱਜ 14 ਅਗਸਤ ਦਾ ਦਿਨ ਹੈ ਕਿ ਅੱਜ ਦੇ ਦਿਨ 14 ਅਗਸਤ 1947 ਨੂੰ ਕਰਾਚੀ ਵਿਖੇ ਪਾਕਿਸਤਾਨ ਦਾ ਝੰਡਾ ਲਹਿਰਾ ਕੇ ਪਾਕਿਸਤਾਨ ਦੇਸ਼ ਦੀ ਕਾਇਮੀ ਜ ਜਿਹਨੂੰ ਜੌਮੇ ਆਜ਼ਾਦੀ ਕਹਿੰਦੇ ਨੇ ਇੰਡੀਪੈਂਡੈਂਸ ਡੇ ਜੀ ਇਹ ਜਿਹੜਾ ਉਹਨਾਂ ਨੂੰ ਆਪਣਾ ਮੁਲਕ ਮਿਲਿਆ ਸੀ ਜੀ ਸੋ ਅਸੀਂ ਦੁਨੀਆ ਭਰ ਚ ਬੈਠੇ ਸਾਡੇ ਪਾਕਿਸਤਾਨੀ ਵੀਰ ਪਾਣਾ ਜਿਹੜੇ ਨੇ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਜੀ ਕਿ ਉਹਨਾਂ ਨੇ ਉਹਨਾਂ ਦੇ ਕੋਲ ਇੱਕ ਸਿਆਣਾ ਲੀਡਰ ਸੀ ਕਾਇਦ ਆਜ਼ਮ ਜਨਾਬ ਵਰਕਰ ਜੀ ਜਿਨ੍ਹਾਂ ਨੇ ਜਿਸ ਨੇ ਉਹਨਾਂ ਨੂੰ ਮੁਲਕ ਲੈ ਕੇ ਦਿੱਤਾ ਹੈ ਬੇਸ਼ੱਕ ਉਹ ਮੁਸ਼ਕਲਾਂ ਚੋਂ ਲੰਘੇ ਨੇ ਨਾ 460 ਸਾਲਾਂ ਚ ਭਾਰਤ ਦੀ ਫੌਜ ਨੇ ਹਮਲਾ ਕਰਕੇ 1971 ਦੇ ਵਿੱਚ ਪਾਕਿਸਤਾਨ ਨੂੰ ਦੋ ਹਿੱਸਿਆਂ ਚ ਤੋੜ ਦਿੱਤਾ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਪਣ ਆਦਤ ਹੈ ਜੀ ਲੇਕਿਨ ਇਹਦੇ باوجود ਪਾਕਿਸਤਾਨ 66 ਸਾਲ ਬਾਅਦ ਵਿਗੜੀ ਇਹਨਾਂ ਦੀ ਵਿਸ਼ ਸੀ ਬਹੁ ਗਿਣਤੀ ਹਿੰਦੂਆਂ ਦੀ ਜੀ ਕਿ ਐਜ਼ ਅ ਨੇਸ਼ਨ ਇਹ ਫੇਲ ਹੋ ਜਾਏ ਪਰ ਉਹ ਚੋ ਉਹਨਾਂ ਦੀ ਇੱਛਾ ਪੂਰੀ ਨਹੀਂ ਹੋਈ ਬਥੇਰੇ ਯੱਗ ਹੋਮ ਕੀਤੇ ਹਨ ਉਹਨਾਂ ਨੇ ਪਰ ਗੱਲ ਉਹਨਾਂ ਦੀ ਬਣੀ ਨਹੀਂ ਜੀ ਇਹਦੇ ਉਲਟ ਪਾਕਿਸਤਾਨ ਦੁਨੀਆ ਦੇ 1.5 ਬਿਲੀਅਨ ਮੁਸਲਮਾਨਾਂ ਜਾਂ 54 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਕੋਈ ਇੱਕ ਮੁਲਕ ਹੈ ਜਿਹੜਾ ਨਿਊਕਲੀਅਰ ਹੈ ਜੀ ਪਾਕਿਸਤਾਨ ਦੇ ਵਿੱਚ ਇਸ ਸਭ ਦੇ باوجود ਕਿ ਉਹਨਾਂ ਨੇ ਸੋਵੀਅਤ ਯੂਨੀਅਨ ਜਾਂ ਹੁਣ ਅਮਰੀਕਾ ਨੇ ਉੱਥੇ ਬੇਸ ਬਣਾ ਕੇ ਲੜਾਈਆਂ ਅਫਗਾਨਿਸਤਾਨਾ ਚ ਅਫਗਾਨਿਸਤਾਨ ਚ ਲੜੀਆਂ ਨੇ 2-3 ਮਿਲੀਅਨ ਅਫਗਾਨ ਰਿਫਿਊਜੀ ਵੀ ਪਾਕਿਸਤਾਨ ਆਏ ਪਰ ਐਜ਼ ਅ ਸਟੇਟ ਪਾਕਿਸਤਾਨ ਨੇ ਸਰਵਾਈਵ ਕੀਤਾ ਜੀ ਸੋ ਅਸੀਂ ਉਹਨਾਂ ਦੇ ਗੁਵਾਂਢੀ ਹੈ ਉਹਨਾਂ ਦੇ ہمسਾਏ ਹੈ ਜਿਵੇਂ ਉਹਨਾਂ ਦੀ ਜ਼ਬਾਨ ਚ ਸ਼ਬਦ ਕਿਹਾ ਜਾਂਦਾ ਹੈ ਖਾਲਿਸਤਾਨ ਦੇ ਨਾਤੇ ਸਾਡੇ ਉਹਨਾਂ ਨੇ ਫਿਊਚਰ ਚ ਵੀ ਗੁਵਾਂਢੀ ਬਣਨੇ ਔਰ ਸਾਡੀ ਮਾਰਕੀਟ ਹੈ ਸੈਂਟਰਲ ਏਸ਼ੀਆ ਤੱਕ ਦਾ ਰਾਊਟ ਉੱਥੇ ਹੈ ਪਾਕਿਸਤਾਨ ਚ ਸਾਡੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ 174 ਦੇ ਕਰੀਬ ਇਤਿਹਾਸਿਕ ਗੁਰਦੁਆਰੇ ਨੇ ਸੋ ਸਾਡੀ ਪਾਕਿਸਤਾਨ ਦੇ ਨਾਲ ਸਾਂਝ ਪੰਜਾਬ ਦੇ ਨਾਤੇ ਵੀ ਹੈ ਲੇਕਿਨ ਇਹ ਜਿਹੜੀ ਧਰਮਾਂ ਦੀ ਸਾਂਝ ਹੈ ਸਾਈ ਮੀਆਂ ਮੀਰ ਔਰ ਗੁਰੂ ਅਰਜਨ ਸਾਹਿਬ ਭਾਈ ਮਰਦਾਨੇ ਦੀ ਰਬਾਬ ਔਰ ਗੁਰੂ ਨਾਨਕ ਸਾਹਿਬ ਇਹ ਬੜੀ ਇਟਰਨਲ ਸਾਂਝ ਐ ਸੋਸੀ ਉਹਨਾਂ ਨੂੰ ਮੁਬਾਰਕ ਪਾ ਦਿੰਦੇ ਜੀ 1914 ਦੇ ਵਿੱਚ ਅੱਜ ਦੇ ਦਿਨ ਸਰ ਹਰਬੰਸ ਸਿੰਘ ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧਿਤ ਸਨ ਉਹਨਾਂ ਨੂੰ ਮੰਡਲਾ ਜੇਲ੍ਹ ਦੇ ਵਿੱਚ ਗਦਰ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਜੀ ਆ ਜਿਹੜਾ ਉਹਨਾਂ ਨੂੰ ਹੈਂਗ ਕੀਤਾ ਗਿਆ ਵਰਲਡ ਹਿਸਟਰੀ ਆਫ ਆਲਨ ਆਲ ਜਿਹੜੀ ਸਭ ਤੋਂ ਪੁਰਾਣੀ ਕਿਤਾਬ ਜਿਹੜੀ ਰਿਕਾਰਡਡ ਹੈ ਪ੍ਰਿੰਟਡ ਬੁੱਕ ਉਹ 1457 ਚ ਛਪੀ 1862 ਚ ਅਬਰਾਹਿਮ ਲਿੰਕਨ ਨੇ ਪਹਿਲੇ ਕਾਲਿਆਂ ਦੇ ਗਰੁੱਪ ਨੂੰ ਵਾਸ਼ਿੰਗਟਨ ਦੇ ਵਿੱਚ ਸੱਦ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ 1900 ਚ 2000 ਮਰੀਨ ਅਮਰੀਕਨਸ ਨੇ ਬੀਜਿੰਗ ਦੇ ਵਿੱਚ ਪਹੁੰਚ ਕੇ ਜਿਹੜਾ ਉਹਨਾਂ ਦਾ ਬਾਕਸਰ ਰੈਵਲੂਸ਼ਨ ਸੀ ਚਾਈਨਾ ਦਾ ਉਹਦਾ ਫਾਈਨਲ ਫੇਜ਼ ਐਂਡ ਕੀਤਾ ਹੈ ਜੀ ਔਰ 1935 ਦੇ ਵਿੱਚ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਸੋਸ਼ਲ ਸਿਕਿਉਰਿਟੀ ਐਕਟ ਦੇ ਉੱਤੇ ਦਸਖਤ ਕੀਤੇ ਜਿਸ ਦੇ ਚ ਕਿ 올ਡ ਏਜ ਸੋਸ਼ਲ ਸਿਕਿਉਰਿਟੀ ਔਰ ਜਿਹੜੀ ਪੈਨਸ਼ਨ ਸਕੀਮਸ ਹੈ ਜੀ ਇਹ ਲਾਗੂ ਕੀਤੀਆਂ ਗਈਆਂ ਜੀ ਡਾਕਟਰ ਸਾਹਿਬ ਇਥੇ ਲੈਨੇ ਇੱਕ ਸ਼ਾਰਟ ਆਈ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹੈ ਕਮਰਸ਼ੀਅਲ ਬ੍ਰੇਕ ਤੋਂ ਬਾਅਦ